ਸਮਾਂ ਅਜਿਹਾ ਜਿਸ 'ਚ ਹਰ ਕੋਈ ਅਮੀਰ ਹੋਣ ਦੇ ਸੁਪਨੇ ਦੇਖਦਾ ਹੈ। ਹੁਣ ਅਮੀਰ ਹੋਣ ਦੇ ਸੁਪਨੇ ਵੀ ਸ਼ਾਰਟਕੱਟ 'ਚ ਦੇਖੇ ਜਾਂਦੇ ਨੇ ਤਾਂ ਜੋ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾ ਸਕੇ ਅਤੇ ਅਮੀਰ ਹੋਇਆ ਜਾਵੇ। ਪੈਸੇ ਦਾ ਲਾਲਚ ਹੈ ਹੀ ਅਜਿਹਾ, ਪਰ ਕਹਿੰਦੇ ਨੇ ਨਾ ਇਹਨਾਂ ਸ਼ਾਰਟਕੱਟ ਦਾ ਅੰਤ ਮਾੜਾ ਹੀ ਹੁੰਦਾ। ਇਹ ਤਸਵੀਰਾਂ ਬਿਆਨ ਕੁਝ ਅਜਿਹਾ ਹੀ ਕਰ ਰਹੀਆਂ ਨੇ। ਮੌਤ ਦੇ ਮੂੰਹ 'ਚੋਂ ਵਾਪਸ ਆਇਆ ਨੌਜਵਾਨ ਬਲਜੀਤ ਸਿੰਘ ਹੈ, ਜਿਸ ਦੀ ਮਾਂ ਦੀਆਂ ਅੱਖਾਂ 'ਚ ਹੰਝੂਆਂ ਦਾ ਦਰਿਆ ਵਗ ਰਿਹਾ ਹੈ, ਪਰ ਹੰਝੂ ਖੁਸ਼ੀ ਦੇ ਨੇ। ਇਹ ਮਾਂ ਆਪਣੇ ਪੁੱਤਰ ਨੂੰ ਕਰੀਬ 2 ਸਾਲ ਬਾਅਦ ਮਿਲ ਰਹੀ ਹੈ। ਦਰਅਸਲ ਬਲਜੀਤ ਸਿੰਘ ਨਾਂ ਦਾ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਵਰਗੇ ਦੇਸ਼ 'ਚ ਗਿਆ ਸੀ, ਜਿੱਥੇ ਕੁਝ ਕਾਰਨਾਂ ਕਰਕੇ ਦੁਬਈ ਪੁਲਿਸ ਨੇ ਇਸ 'ਤੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਜੇਲ੍ਹ 'ਚ ਬੰਦ ਕਰ ਦਿੱਤਾ, ਜਿਸ ਨੂੰ ਪਹਿਲ ਚੈਰੀਟੇਬਲ ਟਰੱਸਟ ਨੇ 2 ਸਾਲ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਘਰ ਵਾਪਸ ਲੈ ਆਉਂਦਾ। ਜਿਸ ਤੋਂ ਬਾਅਦ ਬਲਜੀਤ ਸਿੰਘ ਅਤੇ ਉਸਦੇ ਰਿਸ਼ਤੇਦਾਰਾਂ ਨੇ ਟਰੱਸਟ ਦੇ ਚੇਅਰਮੈਨ ਜੋਗਿੰਦਰ ਸਿੰਘ ਸਲਾਰੀਆ ਦਾ ਧੰਨਵਾਦ ਕੀਤਾ। ਮੇਰਾ ਨਾਮ ਬਲਜੀਤ ਸਿੰਘ ਆ ਅਤੇ ਮੈਂ ਦੁਬਈ ਦੇ ਵਿੱਚ ਪਿਛਲੇ 7 ਸਾਲ ਤੋਂ ਕੰਮ ਕਰ ਰਿਹਾ ਸੀਗਾ। ਉੱਥੇ ਮੇਰੇ ਨਾਲ ਕੁਛ ਕਾਨੂੰਨੀ ਕਾਰਵਾਈ ਦੇ ਵਿੱਚ ਕਾਨੂੰਨੀ ਕੇਸ ਹੋਏ ਸੀ ਮੇਰੇ 'ਤੇ, ਜਿਹੜੇ ਕਿ ਹਾਲਾਂਕਿ ਗਲਤ ਸੀਗੇ। ਤੋ ਉਹ ਹੁਣ ਮੈਂ ਜਦੋਂ ਨਿਊਜ਼ ਖਬਰ ਲਵਾਈ ਸੀ ਨਿਊਜ਼ ਦੇ ਵਿੱਚ, ਤੋ ਉਸ ਤੋਂ ਬਾਅਦ ਮੇਰੀ PCT ਦੇ ਚੇਅਰਮੈਨ ਸਰ ਜਗਿੰਦਰ ਸਲਾਰੀਆ, ਉਹਨਾਂ ਨੇ ਮੇਰਾ ਰਾਤਾ ਕਾਇਮ ਕੀਤਾ ਸੀਗਾ ਅਤੇ ਉਹਨਾਂ ਨੇ ਮੇਰੀ ਬਹੁਤ ਸਾਰੀ ਹੈਲਪ ਕੀਤੀ। ਤਾਂ ਹੁਣ ਅੱਜ ਮੈਂ ਜਿਹੜਾ ਵਾ ਆਪਣੇ ਘਰ ਆ ਕੇ ਬਹੁਤ ਖੁਸ਼ ਹਾਂ ਉਹਨਾਂ ਦੇ ਜ਼ਰੀਏ। ਪਹਿਲ ਚੈਰੀਟੀ ਟਰੱਸਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਉਹ ਨਾਲ ਹੀ ਮੈਂ ਭਾਟੀਆ ਸਰ ਦਾ ਔਰ ਜਗਿੰਦਰ ਸਲਾਰੀਆ ਸਰ ਦਾ ਦੋਨਾਂ ਬਹੁਤ ਬਹੁਤ ਧੰਨਵਾਦ ਕਰਦਾ। ਮੈਂ 2 ਸਾਲ ਬਾਅਦ ਘਰ ਆਇਆ, ਮੈਨੂੰ ਉਸੇ 7 ਸਾਲ ਹੋ ਗਏ ਕੰਮ ਕਰਦੇ ਟੋਟਲ, ਅਤੇ ਮੈਂ 2 ਸਾਲ ਬਾਅਦ ਇੱਥੇ ਘਰ ਆਇਆ ਹਾਂ। ਮੇਰਾ ਨਾਮ ਸਰਬਜੀਤ ਕੌਰ ਹੈ। ਮੇਰਾ ਭਾਣਜਾ ਤਕਰੀਬਨ ਇਹਨੂੰ 7 ਸਾਲ ਹੋ ਗਏ ਸੀ ਗਏ ਨੂੰ, ਪਰ 2 ਸਾਲ ਹੋ ਗਏ ਇਹਨੂੰ ਮਤਲਬ ਕਿ ਫਸਿਆ ਸੀ ਦੁਬਈ ਦੇ ਵਿੱਚ, ਅਤੇ ਮਤਲਬ ਕਿ ਅੱਜ ਘਰ ਪਹੁੰਚਿਆ ਸੀ। ਬਹੁਤ ਖੁਸ਼ ਹਾਂ ਇਸ ਗੱਲ ਦੇ ਵਿੱਚ, ਪਰ ਅਸੀਂ ਸਲਾਰੀਆ ਸਾਹਿਬ ਦੇ ਬਹੁਤ ਧੰਨਵਾਦ ਹਾਂ, ਅਤੇ ਮਤਲਬ ਕਿ ਉਹਨਾਂ ਅਸੀਂ ਖਬਰ ਲਵਾਈ ਸੀ, ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਵੀ ਮਤਲਬ ਕਿ ਅੱਜ ਸਹੀ ਸਲਾਮ ਸਾਡਾ ਬੱਚਾ ਸਾਡੇ ਕੋਲ ਹੈ। ਅੱਜ ਬਾਬੇ ਨਾਨਕ ਦਾ ਵੀ ਮੇਲਾ ਵਾ, ਸ਼ਿਵਰਾਤਰੀ ਵੀ, ਬਾਬੇ ਨਾਨਕ ਨੇ ਸਾਡੇ ਦੁਬਾਰਾ ਇਸ ਨੂੰ ਸਾਡੇ ਝੋਲੀ ਪਾਇਆ ਵਾ, ਅਸੀਂ ਉਸਦਾ ਬਹੁਤ ਸ਼ੁਕਰ ਗੁਜ਼ਾਰ ਕਰਦੇ ਹਾਂ, ਅਤੇ ਮਤਲਬ ਕਿ ਬਹੁਤ ਧੰਨਵਾਦ ਆ। ਅਸੀਂ ਤੁਹਾਡੇ ਨਿਊਜ਼ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਤੁਸੀਂ ਸਾਡੀ ਇੰਨੀ ਹੈਲਪ ਕੀਤੀ ਆ। ਪਹਿਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜੋਗਿੰਦਰ ਸਿੰਘ ਸਲਾਰੀ ਨੇ ਦੱਸਿਆ ਕਿ 2 ਸਾਲ ਦੀ ਕੜੀ ਮੁਸ਼ਕਤ ਤੋਂ ਬਾਅਦ ਇਸ ਨੌਜਵਾਨ ਨੂੰ ਘਰੇ ਲੈ ਕੇ ਆਉਣ 'ਚ ਉਹ ਕਾਮਯਾਬ ਹੋਏ ਨੇ। ਇਹ ਟਰੱਸਟ ਨੂੰ ਪਤਾ ਲੱਗਾ ਸੀਗਾ ਜਦੋਂ ਇਹਦੀ ਕਿਤੇ ਨਿਊਜ਼ ਚੱਲਦੀ ਸੀਗੀ, ਅਤੇ ਮੈਂ ਦੇਖਿਆ ਅਤੇ ਫਿਰ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਇਹ ਮੁੰਡੇ ਦੀ ਜ਼ਰੂਰੀ ਹੈਲਪ ਕਰਨੀ ਚਾਹੀਦੀ ਹੈ। ਫਿਰ ਇਹ ਜਦੋਂ ਪੁੱਛਗਿੱਛ ਕੀਤੀ ਆ ਅਤੇ ਫਿਰ ਪਤਾ ਲੱਗਾ ਕਿ ਹਾਂ ਇਹ ਬੱਚਾ ਵਾਕਈ ਫਸਿਆ ਹੋਇਆ ਅਤੇ ਇਹਨੂੰ ਮਤਲਬ ਕਿ ਸਹਾਇਤਾ ਦੀ ਜ਼ਰੂਰਤ ਹੈ। ਦੇਖੋ ਕੇਸਾਂ ਦੀ ਤਾਂ ਮੈਂ ਜ਼ਿਆਦਾ ਡਿਟੇਲ ਦੇ ਨਹੀਂ ਸਕਦਾ ਹੈਗਾ, ਚਲੋ ਇਹ ਕਈ ਗੱਲਾਂ ਐਸੀਆਂ ਸੈਂਸਿਟਿਵ ਹੁੰਦੀਆਂ ਕਿ ਜਿਹੜੀਆਂ ਬੰਦਾ ਜ਼ਿਆਦਾ ਨਹੀਂ ਕਰ ਸਕਦਾ ਹੈਗਾ, ਪਰ ਇਹ ਹੈ ਕਿ ਚਲੋ ਬੱਚੇ ਆ, ਗਲਤੀਆਂ ਹੁੰਦੀਆਂ, ਸੋ ਇਨਸਾਨੀਅਤ ਹੈ, ਇਨਸਾਨ ਗਲਤੀ ਦਾ ਪੁਤਲਾ। ਜੇ ਗਲਤੀ ਹੋਈ ਹੈ ਤਾਂ ਆਪਾਂ ਚਲੋ ਉਸ ਚੀਜ਼ ਨੂੰ ਡਿਨਾਈ ਵੀ ਨਹੀਂ ਕੀਤਾ ਹੈਗਾ, ਲੇਕਿਨ ਇਹ ਹੈ ਕਿ ਜੇ ਇੱਕ ਬੱਚਾ ਕਹਿੰਦੇ ਨੇ ਕਿ ਜੇ ਗੰਦਗੀ 'ਚ ਗਿਰਿਆ ਤਾਂ ਉਹਨੂੰ ਇਹ ਤਾਂ ਨਹੀਂ ਹੈ ਕਿ ਉਹਨੂੰ ਆਪਾਂ ਚੱਕ ਕੇ ਬਾਹਰ ਨਹੀਂ ਕੱਢਣਾ ਹੈਗਾ। ਅਤੇ ਇੱਕ ਇਨਸਾਨੀਅਤ ਨਾਤੇ ਉਹਨੂੰ ਇਸ ਚੀਜ਼ ਦੀ ਜ਼ਰੂਰਤ ਸੀਗੀ, ਉਹ ਆਪਾਂ ਕੀਤੀ ਆ, ਅਤੇ ਅਕਾਲ ਪੁਰਖ ਨੇ ਚਲੋ ਕਿਰਪਾ ਕਰਕੇ ਅਤੇ ਇਸ ਬੱਚੇ ਨੂੰ ਯਾਨੀ ਕਿ ਵੀ ਉਸ ਜਿਹੜੀ ਵੀ ਕਾਨੂੰਨੀ ਸਹਾਇਤਾ ਸੀ ਉਹ ਮਿਲੀ ਆ, ਅਤੇ ਉਹ ਅੱਜ ਇਹ ਆਪਣੇ ਮਾਂ ਦੇ ਨਾਲ ਖੜ੍ਹਾ। ਬਲਜੀਤ ਸਿੰਘ ਤਾਂ ਆਪਣੀ ਮਾਂ ਕੋਲ ਵਾਪਸ ਆ ਗਿਆ, ਪਰ ਬਲਜੀਤ ਸਿੰਘ ਵਰਗੇ ਹੋਰ ਕਈ ਸੈਂਕੜੇ ਨੌਜਵਾਨ ਦੁਬਈ ਵਰਗੇ ਦੇਸ਼ 'ਚ ਆਪਣੀਆਂ ਗਲਤੀਆਂ ਕਾਰਨ ਜੇਲ੍ਹਾਂ 'ਚ ਬੰਦ ਨੇ। ਅਜਿਹੇ ਮਾਮਲਿਆਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ।